ਬਹੁਤ ਵਧੀਆ ਸਰ, ਸਭ ਤੋਂ ਟੋਪ ਕਲਾਸ ਮੂਵੀ ਹੈ, ਇਹਨਾਂ ਉੱਤੋਂ ਮੂਵੀ ਨਹੀਂ ਵੇਖੀ ਆਪਾਂ ਅੱਜ ਤੱਕ। ਫਿਲਮ ਭਾਜੀ ਬਹੁਤ ਵਧੀਆ, 5 ਚੋਂ 5 ਭਾਈ, 5 ਚੋਂ 5 5 ਮੈਂ ਕਹਿੰਦਾ ਇੱਕ ਵਾਰੀ ਸਾਰਿਆਂ ਨੂੰ ਜ਼ਰੂਰ ਆ ਕੇ ਦੇਖੋ। ਸਤਿ ਸ਼੍ਰੀ ਅਕਾਲ, ਮੈਂ ਰਜਤ ਚਲੋਤਰਾ ਅਤੇ ਤੁਸੀਂ ਵੇਖ ਰਹੇ ਹੋ ਬੋਲੀਵੁੱਡ ਤੜਕਾ ਪੰਜਾਬੀ ਅਰਦਾਸ ਸਰਬਤ ਦੇ ਭਲੇ ਦੀ। ਇਸ ਫਿਲਮ ਦੀ ਉਡੀਕ ਕਾਫੀ ਚਿਰ ਤੋਂ ਖਾਸ ਤੌਰ 'ਤੇ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਅਤੇ ਆਖਿਰ ਨੂੰ ਉਹ ਘੜੀ ਆ ਗਈ ਹੈ। ਜੀ ਹਾਂ, ਅੱਜ 13 ਸਪਤੰਬਰ ਹੈ ਅਤੇ ਫਿਲਮ ਦੁਨੀਆ ਭਰ ਦੇ ਸਿਨੇਮਾ ਘਰ ਦੇ ਵਿੱਚ ਰਿਲੀਜ਼ ਹੋਣ ਲਈ ਤਿਆਰ ਹੋ ਚੁੱਕੀ ਹੈ। ਅਸੀਂ ਪ੍ਰੀਮੀਅਰ ਦੇ ਵਿੱਚ ਵੀ ਵੇਖਿਆ ਲੋਕਾਂ ਦਾ ਕਿਹੋ ਜਿਹਾ ਹੁੰਗਾਰਾ ਇਸ ਫਿਲਮ ਨੂੰ ਮਿਲਿਆ ਸੀ। ਲੋਕਾਂ ਦੀ ਤਾਂਘ ਇਹ ਫਿਲਮ ਨੂੰ ਵੇਖਣ ਲਈ ਕਾਫੀ ਦਿਸਣ ਨੂੰ ਮਿਲ ਰਹੀ ਸੀ ਅਤੇ ਅੱਜ ਉਹ ਫਿਲਮ ਰਿਲੀਜ਼ ਹੋਣ ਲਈ ਪੂਰੀ ਪੂਰੀ ਤਰ੍ਹਾਂ ਤਿਆਰ ਹੈ ਅਤੇ ਅੱਜ ਅਸੀਂ ਵੀ ਪਹੁੰਚ ਚੁੱਕੇ ਹਾਂ ਥੀਏਟਰਸ ਦੇ ਵਿੱਚ ਲੋਕਾਂ ਦੇ ਰਿਵਿਊਜ਼ ਲੈਣ ਦੇ ਲਈ। ਥੀਏਟਰਸ ਦੇ ਵਿੱਚ ਲੋਕ ਵੀ ਪਹੁੰਚ ਚੁੱਕੇ ਨੇ, ਜਦੋਂ ਆਉਣਗੇ ਬਾਹਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਪੁੱਛਾਂਗੇ ਫਿਲਮ ਦੀ ਕੀ ਖਾਸੀਅਤ ਸੀ, ਫਿਲਮ ਵਿੱਚ ਉਹਨਾਂ ਨੂੰ ਕੀ ਖਾਸ ਲੱਗਾ, ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਹੁਤ ਵਧੀਆ ਸਰ ਫਿਲਮ, ਮੈਂ ਨਾ 5 ਚੋਂ 10 ਵੀ ਦਾਂਗਾ। ਪ੍ਰਿੰਸ ਕੋਲ ਜੀ ਦਾ ਬਹੁਤ ਵਧੀਆ ਰੋਲ ਸਰ, ਕਿਵੇਂ ਲੱਗੀ? ਬਹੁਤ ਜ਼ਿਆਦਾ ਵਧੀਆ ਲੱਗੀ ਭਾਜੀ। ਅਸੀਂ ਇਹੋ ਜਿਹੀ ਮੂਵੀ, ਇੱਕ ਬੀਬੀ ਰਜਨੀ, ਦੂਜੀ ਮੂਵੀ ਇਹ ਅਰਦਾਸ, ਸਭ ਤੋਂ ਟੋਪ ਕਲਾਸ ਮੂਵੀ ਹੈ, ਇਹਨਾਂ ਉੱਤੋਂ ਮੂਵੀ ਨਹੀਂ ਵੇਖੀ ਆਪਾਂ ਅੱਜ ਤੱਕ। ਹਾਂਜੀ, ਆਪਾਂ ਇਹ 100 ਚੋਂ 110 ਦਿੰਦੇ ਹਾਂ। ਬਹੁਤ ਵਧੀਆ, ਕਿੰਨੇ ਸਟਾਰ ਦਿੰਦੇ ਹੋ? 10 ਵੈਰੀ ਗੁੱਡ। ਗਿੱਪੀ ਕਰ ਵਾਲਾ ਗ੍ਰੇਟਰ ਮੈਨ ਯਾਰ, ਹੀ ਇਜ਼ ਮਾਈ ਫਰੈਂਡ। ਬਹੁਤ ਜ਼ਿਆਦਾ ਸੋਹਣੀ ਸੀਗੀ ਸਾਰੀ ਜਿੱਦਾਂ ਸਾਰੀ, ਇਹ ਤਾਂ ਜੈੱਡ ਹੀ ਬਹੁਤ ਪਿਆਰੀ ਸੀ, 100 ਤੋਂ 100 ਹੀ ਆ, 5 ਚੋਂ 100 ਹੀ ਸਟਾਰ ਦਿੰਦੇ ਅਸੀਂ ਤਾਂ। ਫਿਲਮ ਭਾਜੀ ਬਹੁਤ ਵਧੀਆ, ਬਹੁਤ ਵਧੀਆ ਮੈਸੇਜ ਦਿੱਤਾ ਹੋਇਆ ਭਾਜੀ, ਸਾਰੀ ਫਿਲਮ ਨੇ ਟੀਮ ਨੇ ਬਹੁਤ ਵਧੀਆ ਕੰਮ ਕੀਤਾ। ਹਾਂਜੀ ਭਾਜੀ, 5 ਚੋਂ ਭਾਜੀ 10 ਹੀ ਆ ਜੀ। ਬਹੁਤ ਵਧੀਆ ਮੂਵੀ ਸੀ ਵੀਰ ਜੀ, ਸਾਰੇ ਵਧੀਆ ਸੀਗੇ ਜੀ, ਅਤੇ 5 ਚੋਂ 5 ਸਟਾਰ ਹੀ ਆ। ਬਹੁਤ ਵਧੀਆ ਮੂਵੀ ਆ, ਘਰਦਿਆਂ ਨੂੰ ਦੇਖਣੀ ਚਾਹੀਦੀ ਹੈ, ਫੈਮਿਲੀ ਮੂਵੀ ਆ। 5 ਚੋਂ 5 ਭਾਈ, 5 ਚੋਂ 5 ਬਹੁਤ ਵਧੀਆ ਸੀ ਭਾਜੀ। ਬਹੁਤ ਵਧੀਆ, ਬਹੁਤ ਵਧੀਆ, 5 ਭਾਜੀ। ਬਹੁਤ ਸੋਹਣੀ ਮੂਵੀ, ਬਹੁਤ ਸੋਹਣੀ, ਮੈਂ ਕਹਿੰਦਾ ਇੱਕ ਵਾਰੀ ਸਾਰੇ ਨੇ ਜ਼ਰੂਰ ਆ ਕੇ ਦੇਖੋ। 4 ਸਟਾਰ ਦਊਂਗੇ, 5 ਰੇਟਿੰਗ ਫੁੱਲ। ਬਹੁਤ ਵਧੀਆ ਜੀ, ਬਹੁਤ ਨਾਈਸ ਫਿਲਮ ਆ। ਜਿਨ੍ਹਾਂ ਨੇ ਨਹੀਂ ਵੀ ਦੇਖੀ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜ਼ਰੂਰ ਦੇਖ ਕੇ ਜਾਣ। ਇਸ ਦੇ ਵਿੱਚ ਗੁਰੂ ਨੂੰ ਮੁੱਖ ਰੱਖ ਕੇ ਆਪਣੇ ਮਾਂ ਪਿਓ ਦੀ ਸੇਵਾ ਸਭ ਤੋਂ ਉੱਤਮ ਸੇਵਾ ਮੰਨੀ। ਬਹੁਤ ਇਮੋਸ਼ਨਲ ਵੀ, ਬਹੁਤ ਸੋਹਣੀ, ਸਾਡੇ ਬੱਚਿਆਂ ਨੇ ਹੀ ਅੱਜ ਸਾਨੂੰ ਪਹਿਲੇ ਦਿਨ ਭੇਜਿਆ। ਬਹੁਤ ਨਾਈਸ, 5 ਦੇ 5 ਬਹੁਤ ਨਾਈਸ ਹੈ, 5 ਦਿੰਦੇ। ਮੂਵੀ ਵਧੀਆ ਸੀਗੀ, ਉੱਦਾਂ ਦਾ ਮੇਬੀ 4.5 ਬਹੁਤ ਜ਼ਿਆਦਾ, 5 ਚੋਂ 10 ਹੀ ਦੇਵਾਂਗੇ। ਬਹੁਤ ਵਧੀਆ, ਬਹੁਤ ਜ਼ਿਆਦਾ ਅੱਛੀ ਮੂਵੀ ਸੀ, ਬਹੁਤ ਜ਼ਿਆਦਾ। ਸਭ ਤੋਂ ਜ਼ਿਆਦਾ ਐਕਟਿੰਗ ਵਧੀਆ ਜੈਸਮੀਨ, ਮੈਂ ਪਰਸਨਲੀ ਜੈਸਮੀਨ ਦੀ ਬਹੁਤ ਵੱਡੀ ਫੈਨ ਹਾਂ, ਬਟ ਜੈਸਮੀਨ, ਗਿੱਪੀ ਅਤੇ ਘੁੱਗੀ ਸਰ, ਮਜ਼ਾ ਆ ਗਿਆ, ਮਜ਼ਾ ਆ ਗਿਆ। 5 ਚੋਂ 10 ਹਾਂਜੀ, ਬਹੁਤ ਵਧੀਆ ਲੱਗੀ। ਇੱਕ ਸਫ਼ਰ 'ਚ ਉਹਨਾਂ ਨੇ ਕਾਫੀ ਕੁਛ ਸਮਝਾਤਾ, ਜ਼ਿੰਦਗੀ ਜਿਉਣ ਦਾ ਢੰਗ ਪਤਾ ਲੱਗ ਗਿਆ ਅੱਜ। 5 ਚੋਂ 5 ਬਹੁਤ ਅੱਛੀ ਸੀ, ਵੀ ਸਾਨੂੰ ਆਪਣੀ ਦੁਨੀਆਦਾਰੀ 'ਚ ਸਾਰੇ ਕੰਮ ਵੀ ਕਰਨੇ ਚਾਹੀਦੇ ਅਤੇ ਰਿਸ਼ਤਿਆਂ ਨੂੰ ਵੀ ਜਿਹੜਾ ਆ ਸਾਂਭ ਕੇ ਰੱਖਣਾ ਚਾਹੀਦਾ ਹੈ, ਵੀ ਉਹਨਾਂ ਨੂੰ ਵੀ ਇੰਪੋਰਟੈਂਸ ਦੇਣੀ ਚਾਹੀਦੀ ਹੈ, ਟਾਈਮ ਜ਼ਰੂਰ ਜਿਹੜਾ ਦੇਣਾ ਚਾਹੀਦਾ, ਵੀ ਜ਼ਰੂਰ ਦੇਖਣੀ ਚਾਹੀਦੀ ਹੈ ਮੂਵੀ, ਜਿਹੜੀ ਇਸ ਤਰ੍ਹਾਂ ਦੀ ਮੂਵੀਜ਼ ਹੁੰਦੀਆਂ ਦੇਖਣੀਆਂ ਚਾਹੀਦੀਆਂ, ਤਾਂ ਕਿ ਸਾਨੂੰ ਜੇ ਅਸੀਂ ਕਹਿ ਲਓ ਵੀ ਨਹੀਂ ਸੀ ਨੂੰ ਸਮਝਦੇ, ਵੀ ਨਹੀਂ ਟਾਈਮ ਦੇ ਪਾਉਂਦੇ, ਤਾਂ ਸਾਨੂੰ ਕੁਛ ਸਮਝ ਲੱਗਦੀ ਹੈ, ਜੇ ਅਸੀਂ ਟਾਈਮ ਨਹੀਂ ਦੇ ਪਾਉਂਦੇ ਤਾਂ ਅੱਗੇ ਜਾ ਕੇ ਸਾਡੇ ਲਈ ਉਹ ਕੀ ਇੱਕ ਹੋ ਸਕਦਾ। 5 ਸਟਾਰ ਤਾਂ ਦਰਸ਼ਕਾਂ ਦਾ ਕੀ ਰਿਐਕਸ਼ਨ ਸੀ? ਤੁਸੀਂ ਹੁਣੇ ਹੀ ਵੇਖ ਕੇ ਹਟੇ ਹੋ, ਦਰਸ਼ਕਾਂ ਨੇ ਇਸ ਫਿਲਮ ਨੂੰ 5 ਦੇ ਵਿੱਚੋਂ 5 ਸਟਾਰ ਹੀ ਨਹੀਂ ਬਲਕਿ ਆਪਣਾ ਮਣਾ ਮੂਹੀ ਇਸ ਫਿਲਮ ਨੂੰ ਪਿਆਰ ਦਿੱਤਾ ਹੈ। ਬੱਚੇ, ਬੁੱਢੇ, ਜਵਾਨ ਸਾਰੇ ਇਸ ਫਿਲਮ ਨੂੰ ਹੁਣ ਵੇਖਣ ਨੂੰ ਪਹੁੰਚੇ ਨੇ ਅਤੇ ਸਾਰਿਆਂ ਨੇ ਇਸ ਫਿਲਮ ਨੂੰ ਮਣਾ ਮੂਹੀ ਪਿਆਰ ਦਿੱਤਾ ਹੈ। ਉਹਨਾਂ ਨੇ ਆਖਿਆ ਕਿ ਫਿਲਮ ਫੈਮਿਲੀ ਦੇ ਨਾਲ ਵੇਖਣ ਵਾਲੀ ਹੈ, ਜੋ ਕਿ ਇਹ ਫਿਲਮ ਦਰਸਾਈ ਗਈ ਹੈ। ਫਿਲਮ ਦਾ ਕਨਸੈਪਟ ਵੀ ਬਾਕਮਾਲ ਹੈ। ਫਿਲਮ ਦੇ ਵਿੱਚ ਜੋ ਗਿੱਪੀ ਗਰੇਵਾਲ ਦੀ, ਜੱਗੀ ਸਿੰਘ, ਪ੍ਰਿੰਸ ਕੰਵਲ ਜੀ ਦੀ ਐਕਟਿੰਗ, ਸਾਰਿਆਂ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਖੂਬ ਸਾਰਾ ਪਿਆਰ ਦਿੱਤਾ ਹੈ। ਅਤੇ ਅਸੀਂ ਵੀ ਤੁਹਾਨੂੰ ਰੈਕਮੈਂਡ ਕਰਦੇ ਹਾਂ, ਜੇ ਤੁਸੀਂ ਇਸ ਹਫ਼ਤੇ ਆਪਣੀ ਫੈਮਿਲੀ ਦੇ ਨਾਲ ਕੁਝ ਵੱਖਰਾ ਵੇਖਣਾ ਚਾਹੁੰਦੇ ਹੋ, ਰੱਬ ਦੇ ਨਾਲ ਜੁੜਿਆ ਹੋਇਆ ਵੇਖਣਾ ਚਾਹੁੰਦੇ ਹੋ, ਤਾਂ ਇਹ ਫਿਲਮ ਤੁਹਾਨੂੰ ਰੂਹਾਨੀ ਅਹਿਸਾਸ ਜ਼ਰੂਰ ਕਰਵਾਏਗੀ। ਤਾਂ ਅਸੀਂ ਵੀ ਤੁਹਾਨੂੰ ਨੈਕਸਟ ਟਾਈਮ ਕੁਝ ਵੱਖਰਾ ਲੈ ਕੇ ਫਿਰ ਆਵਾਂਗੇ। ਕੈਮਰਾਮੈਨ ਵਰਿੰਦਰ ਦੇ ਨਾਲ ਮੈਂ ਰਜਤ ਚਲੋਤਰਾ, ਬੋਲੀਵੁੱਡ ਤੜਕਾ ਪੰਜਾਬੀ।